तो पहला सारे बुलारे दस के गए ने कि किस तरह तुहानू सारयां दा शोषण किया जाता रहा पिछलियां लीडरां वल्लों लारा ला के वादे करके ते मुड़के लपड़ा ना किसी नूं जाके चंडीगढ़ बह जाना जां दिल्ली बह जाना। एक लोकां दे जिहड़ा दरबार च भी झूठा ते गुरु दे दरबार च भी झूठे दस के गए मेरे वीर जी के लारा लाया है कि गुरु गुरद्वारा बुद्ध साहब नूं जिहड़ी शरण बनाई जाएगी पहल दे आधार ते ते अज पंज साल मुक्कण ते सिर्फ उत्थे बजर सुट्टिया एक फॉर्मैलिटी दे तौर ते जिहड़ी कि एक बड़ी शर्म वाली गल है लीडर। मैं कोई लीडर नहीं है, मैं तुहाडे परिवार का मैंबर है, मैं जिहड़ी गल करांगा उत्ते 100% पहरा देवांगा ते उहनूं कंप्लीट करके ही फिर तुहाडे कोल होर मंगां लैके जावांगा कि अपने पिंड दीआं मंगां की ने। मेरा ते कोशिश है कि हर पिंड दे विच एक कंप्लेंट बक्सा लगेगा जिस तुसीं सुझाव भी पा सकते हो शिकायतां भी पा सकते हो जे कोई मेरे तक कादियां नहीं पहुंच सकदी। गुरु की कृपा ने जित लेना ਕਾਦੀਆਂ ਸ਼ਹਿਰ ਦੇ ਬਾਜਵੇਂ ਨੂੰ ਮਾਣ ਹੁੰਦਾ ਸੀ ਉਹ ਆਹ ਤੁਹਾਨੂੰ ਜਿੱਤ ਕੇ ਵਿਖਾਤਾ ਮਿਊਂਸਪੈਲਿਟੀ ਦੀਆਂ ਕਮੇਟੀ ਦੀਆਂ ਚੋਣਾਂ 'ਚ ਅਤੇ ਐਤਕਾਂ ਬਾਜਵਿਆਂ ਨੇ ਕਾਦੀਆਂ ਸ਼ਹਿਰ ਦੇ ਲਾਗੇ ਬੰਨੇ 8-10 ਹਜ਼ਾਰ ਵੋਟ ਨਾਲ ਹਾਰਨਾ। ਵੇੜ ਦੇ ਜ਼ਿਲ੍ਹੇ ਵਿੱਚ ਬਕਾਇਦਾ ਕੋਚ ਰੱਖੇ ਜਾਣਗੇ, ਤੁਹਾਨੂੰ ਸੁਚੱਜੀ ਅਗਵਾਈ ਦੇਣਗੇ ਹਰ ਸਪੋਰਟਸਮੈਨ ਨੂੰ ਜੋ ਵੀ ਜਿਹੜੀ ਖੇਡ ਚਾਹੁੰਦਾ ਖੇਡਣਾ ਚਾਹੁੰਦਾ ਜਾਏਗਾ ਜੀ ਜਿਹੜਾ ਟੈਲੈਂਟ ਹੋਏਗਾ ਕੋਚ ਪਰਖ ਕਰਨਗੇ ਉਹਨੂੰ ਉਹਦੀ ਟ੍ਰੇਨਿੰਗ ਦਿੱਤੀ ਜਾਏਗੀ ਤਾਂ ਕਿ ਸਾਡੇ ਪਿੰਡਾਂ ਦੇ ਨੌਜਵਾਨ ਵੀ ਸੋਨ ਤਗਮਾ ਜਿੱਤ ਸਕਣ। ਸੋਨ ਤਗਮਾ ਜਿੱਤ ਕੇ ਲੈ ਕੇ ਆਏਗਾ ਇਹ ਯੂਥ ਵੀ ਦੇ ਨਾਲ ਸਾਰੇ ਪਿੰਡ ਨੂੰ ਮੀਟਿੰਗ ਕੀਤੀ ਗਈ ਹੈ ਜੀ ਅਤੇ ਬੜਾ ਵਧੀਆ ਸੰਯੋਗ ਹੈ ਪਿੰਡ ਵਾਲਿਆਂ ਦਾ ਅਤੇ ਆਪਾਂ ਵੱਡੀ ਲੀਡ ਨਾਲ ਮਾਹਲ ਸਾਹਿਬ ਨੂੰ ਆਪਾਂ ਲੇਹਲ ਪਿੰਡ ਤੋਂ ਕਿ ਲਾਗੇ ਜਾ ਕੇ ਪਿੰਡ ਤੋਂ ਵੀ ਜਿਤਾਵਾਂਗੇ ਜੀ। ਬੜਾ ਮਾਣ ਹੈ ਸਾਰੇ ਯੂਥ ਦੇ ਅਤੇ ਪਿੰਡ ਵਾਲਿਆਂ 'ਤੇ। ਵੋਟਰਾਂ ਦਾ ਜਿਹੜਾ ਮੂਵਮੈਂਟ ਕਿਵੇਂ ਦੇਖਦੇ? ਬਹੁਤ ਵਧੀਆ ਮੂਵਮੈਂਟ ਜੀ ਵੋਟਰਾਂ ਦਾ। ਵੇਖੋ ਸਾਨੂੰ ਕਾਦੀਆਂ 'ਚ ਸਾਨੂੰ ਇੱਕ ਨਿਧੜਕ ਅਤੇ ਵਧੀਆ ਲੀਡਰ ਮਿਲਿਆ ਗੁਰੂ ਇਕਬਾਲ ਸਿੰਘ ਮਾਹਲ, ਕਿਉਂਕਿ ਬਾਕੀ ਪਾਸੇ ਪਰਿਵਾਰਵਾਦ ਦੋਵੇਂ ਪਾਸੇ ਚੱਲਦਾ ਆਇਆ ਵਾ ਜੀ, ਇਸ ਕਰਕੇ ਆਪਾਂ ਤਾਂ ਪੂਰੀ ਸਪੋਰਟ ਕਰਦੇ ਪਏ ਗੁਰੂ ਮਾਹਲ ਸਾਹਿਬ ਦੀ ਅਤੇ ਆਪਾਂ ਵੱਡੀ ਲੀਡ ਨਾਲ ਜਿਤਾਵਾਂਗੇ ਜੀ ਉਹਨਾਂ ਨੂੰ। ਜੇ ਗੱਲ ਕਰੀਏ ਤੁਸੀਂ ਸੀਨੀਅਰ ਯੂਥ ਦੇ ਮਤਲਬ ਆਗੂ ਹੋ, ਸਿਰਕਾ ਦਾ ਆਗੂ, ਪਹਿਲੀਆਂ ਜੋ ਸਰਕਾਰਾਂ ਬਣੀਆਂ MLA ਬਣੇ ਨੇ, ਪਿੰਡ ਦੇ ਵਿਕਾਸ ਕਰ ਕਿੰਨੇ ਕੁ ਹੋਏ ਨੇ? ਵੇਖੋ ਜੀ ਤੁਸੀਂ ਵੀ ਦੇਖਦੇ ਹੋ, ਤੁਸੀਂ ਰਿਕਵਰ ਕਰ ਸਕਦੇ ਹੋ, ਤੁਹਾਨੂੰ ਪਿੰਡ ਵਿਖਾ ਹੀ ਦੇਵਾਂਗੇ ਜੀ ਆਲਾ ਦੁਆਲਾ ਸੂਆ ਹੀ ਆ। ਵੇਖ ਲਓ ਇਹ ਸੀਵਰੇਜ ਦੀ ਗੱਲ, ਫਾਈਲ ਉੱਥੇ ਪਈ ਦੀ ਪਈ, ਵੀਡੀਓ ਅਸੀਂ ਬਲਾਕ 'ਚ ਗਏ ਹਾਂ, ਫਾਈਲ ਬੰਦ ਦੀ ਬੰਦ ਹੀ ਪਈ ਆ ਜੀ, ਠੀਕ ਹੈ ਜੀ। ਘਰ ਘਰ ਨੌਕਰੀ ਦੀ ਗੱਲ ਆ, ਉਹ ਵੀ ਫਾਰਮ ਭਰੇ ਦੇ ਭਰੇ ਰਹਿ ਗਏ ਆ ਜੀ ਅਜੇ ਤੱਕ, ਤਾਂ ਕਿਸੇ ਨੂੰ ਕੋਈ ਫਤਿਹ ਰੁਝਾਨ ਜਿਹੜਾ ਵਾ ਬਹੁਤ ਵਧੀਆ ਚੱਲ ਰਿਹਾ। ਲੋਕਾਂ ਨੂੰ ਇੰਨਾ ਤੰਗ ਕੀਤਾ ਗਿਆ ਪਿਛਲੀਆਂ ਸਰਕਾਰ ਨੇ ਕਿ ਜੋ ਵੀ ਵਾਅਦੇ ਕੀਤੇ ਸੀ ਇੱਕ ਵੀ ਵਫਾ ਨਹੀਂ ਕੀਤਾ, ਅਤੇ ਉਹਦੇ ਉੱਤੋਂ ਨੌਜਵਾਨੀ ਵੀ ਜਿਹੜੀ ਸਾਰੀ ਬੜੀ ਨਾਰਾਜ਼ ਬੈਠੀ ਹੈ, ਅਤੇ ਜਿਹੜੇ ਬਜ਼ੁਰਗ ਨੇ ਉਹ ਵੀ ਨਾਰਾਜ਼ ਨੇ, ਬੀਬੀਆਂ ਵੀ ਨਾਰਾਜ਼ ਨੇ। ਬੜੇ ਵਾਅਦਾ ਤਾਂ ਇੱਕ ਵੀ ਵਫਾ ਨਹੀਂ ਕੀਤਾ, ਨਾ ਕਿਸੇ ਨੂੰ ਨੌਕਰੀ ਮਿਲੀ, ਨਾ ਕਿਸੇ ਨੂੰ ਰੁਜ਼ਗਾਰ ਮਿਲਿਆ, ਨਾ ਕਿਸੇ ਨੂੰ ਕੁਛ ਕੋਈ ਵੀ ਸਹੂਲਤ ਪੰਜਾਬ ਸਰਕਾਰ ਨਹੀਂ ਦੇ ਸਕੀ। ਇਹ ਕਰਕੇ ਲੋਕਾਂ ਨੇ ਪੂਰਾ ਮਨ ਬਣਾਇਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣੀਆਂ ਨੇ ਅਤੇ ਸਰਕਾਰ ਬਣਾਉਣੀ ਹੈ, ਤਾਂ ਕਿ ਜੋ ਵੀ ਵਾਅਦੇ ਨੇ, ਜੋ ਲੋਕ ਭਲਾਈ ਸਕੀਮਾਂ ਪਹਿਲਾਂ ਚੱਲਦੀਆਂ ਸੀ ਉਹਨੂੰ ਫਿਰ ਨਿਰੰਤਰ ਲਾਗੂ ਕੀਤਾ ਜਾਏ। ਅਤੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਤਾਂ ਮੇਰਾ ਇਹ ਹਲਕਾ ਜਿਹੜਾ ਵਾ ਮੇਰਾ ਇੱਕ ਆਪਣਾ ਪਰਿਵਾਰ ਹੈ, ਉਹਦੇ ਨਾਲ ਮੈਨੂੰ ਇੱਕ ਪਰਿਵਾਰਕ ਮੈਂਬਰ ਵਾਂਗੂ ਹੀ ਸਹਿਯੋਗ ਮਿਲ ਰਿਹਾ ਸਾਰੇ ਹਲਕੇ ਵੱਲੋਂ। ਅਤੇ ਇਹਨਾਂ ਨੇ ਜਿਹੜੀਆਂ ਮੈਂ ਕਮਿਟਮੈਂਟਾਂ ਕੀਤੀਆਂ, ਮੈਂ ਕਿਹਾ ਕਿ ਜੋ ਮੈਂ ਤੁਹਾਡੇ ਨਾਲ ਇਹਨਾਂ ਨੇ ਵਾਅਦੇ ਕਰਾਂਗਾ ਉਹ ਜੇ ਪੂਰੇ ਕਰਾਂਗਾ ਤਾਂ ਫਿਰ ਇਹਨਾਂ ਕੋਲ ਵੋਟਾਂ ਲੈਣਾ ਵਾਗਾ, ਨਹੀਂ ਤਾਂ ਮੈਂ ਦੁਬਾਰਾ ਨਹੀਂ ਆਉਂਗਾ, ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ। ਮੁਕਾਬਲਾ ਬੜਾ ਸਖਤ ਆ, ਪ੍ਰਤਾਪ ਸਿੰਘ ਬਾਜਵਾ ਦੀ ਜੇ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਤੋਂ ਕਦੀ ਵੀ ਨਹੀਂ ਹਾਰੇ, ਹੁਣ ਫਿਰ ਤੁਹਾਡੇ ਸਾਹਮਣੇ ਉਮੀਦਵਾਰ ਦੇ ਤੌਰ 'ਤੇ ਨੇ, ਨਾਲ ਹੀ ਆਮ ਆਦਮੀ ਪਾਰਟੀ 'ਚ ਵੀ ਜੋ ਉਤਰੇ ਨੇ ਉਹ ਵੀ ਸਿਆਸੀ ਪਰਿਵਾਰ ਨੇ ਤਾਲੁਕ ਰੱਖਦੇ ਨੇ ਜਗਰੂਪ ਸਿੰਘ ਸੇਖ ਨਾਲ, ਮੁਕਾਬਲਾ ਕਾਫੀ ਸਖਤ ਆ, ਕਿਸ ਤਰੀਕੇ ਨਾਲ ਦੇਖਦੇ? ਨਹੀਂ ਮੁਕਾਬਲਾ ਵੇਖੋ ਜਿਨ੍ਹਾਂ ਨੇ ਕੰਮ ਕੀਤਾ ਅਸੀਂ 5 ਸਾਲ ਤੋਂ ਲਗਾਤਾਰ, ਪਹਿਲਾਂ ਮੇਰੇ ਪਰਿਵਾਰਕ ਮੈਂਬਰ ਪਿਤਾ ਜੀ ਹੋਣੀ ਵੀ ਸਾਰਾ ਪਰਿਵਾਰ ਅਸੀਂ ਲੋਕ ਸੇਵਾ ਕਰਦੇ ਆ ਰਹੇ ਹਾਂ ਸ਼ੁਰੂ ਤੋਂ ਹੀ, ਅਤੇ ਲੋਕ ਵੀ ਸਾਰੇ ਜਾਣਦੇ ਨੇ ਕਿ ਅਸੀਂ ਜਿਹਦੇ ਨਾਲ ਖੜਦੇ ਹਾਂ ਉਹਦੇ ਨਾਲ ਦਿਨੋ ਤਨੋ ਮਨੋ ਖੜਦੇ ਹਾਂ, ਕੋਈ ਕਿਸੇ ਨੂੰ ਝੂਠਾ ਲਾਰਾ ਦੇ ਕੇ ਕਦੀ ਕਿਸੇ ਦੇ ਨਾਲ ਨਹੀਂ ਖਲੜੋ। ਅਤੇ ਇਹ ਲੋਕਾਂ ਨੂੰ, ਮੈਂ ਵੀ ਹੁਣ 5 ਸਾਲ ਤੋਂ ਲਗਾਤਾਰ ਹਲਕੇ ਦੇ ਵਿੱਚ ਹੀ ਹਾਂ, ਕੋਈ ਤਾਕਤ ਹੁੰਦਿਆਂ ਵੀ ਲੋਕਾਂ ਨੂੰ ਨਹੀਂ ਮਿਲੇ ਅਤੇ ਮੁਕਾਬਲਾ ਕਰਦਾ, ਜਦੋਂ ਮੁਕਾਬਲਾ ਤਾਂ ਲੋਕਾਂ ਨਾਲ, ਜਦੋਂ ਲੋਕ ਹੀ ਨਹੀਂ ਉਹਨੂੰ ਪਰਵਾਹ ਕਰਦੇ ਤਾਂ ਫਿਰ ਮੁਕਾਬਲਾ ਕਰ। ਜਿਹੜੇ ਤੁਹਾਡੇ ਇੱਥੇ ਦੇ ਕੈਂਡੀਡੇਟ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਕਿਸਾਨ IT ਵਿੰਗ ਦੇ ਜਿਹੜੇ ਇੰਚਾਰਜ ਨੇ ਬਲਜੀਤ ਸਿੰਘ ਤੁਹਾਡੇ ਹਲਕੇ ਦੇ, ਉਹਨਾਂ ਨੂੰ ਧਮਕੀਆਂ ਵੀ ਲਾਈਆਂ ਗਈਆਂ, ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ ਇਹ ਇੱਕ ਜੇ ਕਹਿੰਦੇ ਨੇ ਵੀ ਮੈਂ ਬੜਾ ਵੱਡਾ ਲੀਡਰ ਹਾਂ ਪੰਜਾਬ ਦਾ ਇੰਟਰਨੈਸ਼ਨਲ ਲੈਵਲ ਦਾ, ਪਰ ਜੇ ਉਹਨਾਂ ਨੇ ਇਹ ਹਰਕਤਾਂ ਕੀਤੀਆਂ ਨੇ ਜੋ ਬਲਜੀਤ ਦੀ, ਮੈਂ ਵੀ ਵੀਡੀਓ ਸੁਣੀ ਸੀ ਵਾਇਰਲ ਕੀਤੀ, ਬੜੀ ਸ਼ਰਮਨਾਕ ਗੱਲ ਹੈ ਇੱਕ ਐਡੇ ਵੱਡੇ ਲੀਡਰ ਵਾਸਤੇ ਕਿ ਉਹ ਇੱਕ ਫਰਸਟਡ ਹੋ ਗਏ ਆ ਬਾਜਵਾ ਸਾਹਿਬ ਨੂੰ ਪਤਾ ਕਿ ਉਹਨਾਂ ਦੇ ਪੈਰ ਜ਼ਮੀਨ 'ਤੇ ਨਹੀਂ ਲੱਗ ਰਹੇ, ਅੱਗੇ ਆਉਂਦੇ ਸੀਗੇ
ਝੂਠੇ ਬਾਰੇ ਦੇ ਲਾਰੇ ਕਿੰਨੀ ਕੁ ਵਾਰ ਕਾਠ ਦੀ ਹਾਂਡੀ ਕਿੰਨੀ ਕੁ ਵਾਰ ਚੜ੍ਹੇਗੀ ਹੁਣ ਕਾਠ ਦੀ ਹਾਂਡੀ ਨਹੀਂ ਚੜ੍ਹਨੀ ਐਤਕਾਂ ਇਹ ਉਹਨਾਂ ਨੂੰ ਦੇਖ ਪਈ ਗੱਲ ਦਾ ਸ਼ੀਸ਼ਾ ਦੇਖ ਪਿਆ ਬੜੇ ਹੰਕਾਰ ਦੇ ਨਾਲ ਆਏ ਸੀ ਪਰ ਹੰਕਾਰ ਲੋਕਾਂ ਨੇ ਚੂਰ ਚੂਰ ਕਰਤਾ ਉਹ ਖਿਜੇ ਪਏ ਲੋਕਾਂ ਦੇ ਗਲ ਪੈਣ ਰਹੇ ਨੇ ਪੱਤਰਕਾਰਾਂ ਦੇ ਗਲ ਪੈਣ ਰਹੇ ਨੇ ਪੰਚਾਂ ਸਰਪੰਚਾਂ ਨਾਲ ਗਾਲ ਮੰਦਾ ਕਰ ਰਹੇ ਨੇ ਇਸੇ ਕਰਕੇ ਕਰ ਰਹੇ ਵੀ ਉਹਨਾਂ ਨੂੰ ਜ਼ਮੀਨੀ ਹਕੀਕਤ ਦੇ ਹੁਣ ਦੇਖਣ ਡਈ ਵੀ ਮੈਂ ਕੀਤਾ ਕੀ ਦੇਖੋ ਉਹ ਉਹਨਾਂ ਨੂੰ ਇੱਕ ਕਾਂਗਰਸ ਨੇ ਇੱਕ ਸ਼ਡਯੰਤਰ ਦੇ ਨਾਲ ਉਹਨੂੰ ਇੱਕ ਨਾ ਦਲਿਤ ਚਿਹਰਾ ਘੋਸ਼ਿਤ ਕਰਕੇ ਲੋਕਾਂ ਦੇ ਅੱਗੇ ਲਿਆਂਦਾ ਹੈ ਪਰ ਹੁਣ ਈਡੀ ਦੀ ਰੇਡ ਜਿਹੜੀ ਆ ਜਦੋਂ 6 ਕਰੋੜ ਰੁਪਈਆ ਉਹਦੇ ਭਤੀਜੇ ਦੇ ਘਰੋਂ ਫੜਿਆ ਗਿਆ ਅਤੇ ਉਹ ਸੀਐਮ ਦੀ ਮਰਜ਼ੀ ਤੋਂ ਬਿਨਾਂ ਤਾਂ 6 ਕਰੋੜ ਇਕੱਠਾ ਨਹੀਂ ਹੋ ਸਕਦਾ ਇਹ ਸਾਰੇ ਲੁੱਟਣ ਹੀ ਵਾਲੇ ਨੇ ਸਿਰਫ ਚਿਹਰੇ ਜਿਹੜੇ ਨੇ ਮਖੋਟੇ ਵੱਖ ਵੱਖ ਪਾਉਂਦੇ ਨੇ ਪੰਜਾਬ ਨੂੰ ਉਹਨਾਂ ਲੁੱਟ ਕੇ ਖਾ ਲਿਆ ਅਤੇ ਪੰਜਾਬ ਦੇ ਲੋਕਾਂ ਨੇ ਹੁਣ ਮਨ ਬਣਾਇਆ ਕਿ ਇਹਨਾਂ ਨੂੰ ਚੱਲਦਾ ਕਰਦਾ।